ਹੈਲੋ ਫਰੈਂਡਸ, ਮੈਂ ਲਕਸ਼ਦਾ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿਗ ਬਾਸ ਦੀ ਕੰਟੈਸਟੈਂਟ ਸ਼ਹਿਨਾਜ਼ ਕੌਰ ਗਿੱਲ ਦੀ। ਸ਼ਹਿਨਾਜ਼, ਜਿਸ ਨੂੰ ਐਂਟਰਟੇਨਮੈਂਟ ਦੀ ਕੁਈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੱਸਦੇ ਤੁਹਾਨੂੰ ਕਿ ਉਹ ਘਰ ਵਿੱਚ ਸਭ ਨੂੰ ਐਂਟਰਟੇਨ ਕਰਦੀ ਹੋਈ ਨਜ਼ਰ ਆਉਂਦੀ ਹੈ ਅਤੇ ਦਰਸ਼ਕ ਉਸ ਨੂੰ ਐਂਟਰਟੇਨ ਕਰਦੇ ਹੋਏ ਦੇਖ ਬੇਹੱਦ ਹੀ ਖੁਸ਼ ਹੁੰਦੇ ਨੇ। ਅਤੇ ਜੇਕਰ ਘਰ ਦੇ ਵਿੱਚ ਸ਼ਹਿਨਾਜ਼ ਨੂੰ ਕੋਈ ਹਰਟ ਕਰਦਾ ਹੈ ਜਾਂ ਸ਼ਹਿਨਾਜ਼ ਉਦਾਸ ਹੋ ਜਾਂਦੀ ਹੈ ਤਾਂ ਉਸਦੇ ਫੈਨਸ ਵੀ ਬੇਹੱਦ ਨਾਰਾਜ਼ ਹੋ ਜਾਂਦੇ ਨੇ, ਉਦਾਸ ਹੋ ਜਾਂਦੇ ਨੇ। ਦੱਸ ਦਿਓ ਤੁਹਾਨੂੰ ਕਿ ਬੀਤੇ ਦਿਨ ਹੀ ਦੇਖਿਆ ਗਿਆ ਕਿ ਮਾਹਿਰਾ ਔਰ ਸ਼ਹਿਨਾਜ਼ ਦਾ ਘਰ ਦੇ ਵਿੱਚ ਝਗੜਾ ਹੋ ਜਾਂਦਾ ਹੈ। ਉਸ ਦੌਰਾਨ ਪਾਰਸ ਛਾਬੜਾ ਸ਼ਹਿਨਾਜ਼ ਨੂੰ ਹਰਟ ਕਰਦੇ ਨੇ। ਉਹ ਸ਼ਹਿਨਾਜ਼ ਦੀ ਗਰਦਨ ਪਕੜ ਕੇ ਉਸਨੂੰ ਬੋਲਦੇ ਨੇ ਕਿ ਤੈਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ, ਤੂੰ ਮੇਰੇ ਮੂੰਹ ਨਾ ਲੱਗ ਜਾਈਂ। ਇਸ ਤਰ੍ਹਾਂ ਜਿੱਦਾਂ ਪਾਰਸ ਨੇ ਰਿਐਕਟ ਕੀਤਾ ਹੈ ਉਸਨੂੰ ਦੇਖ ਕੇ ਸ਼ਹਿਨਾਜ਼ ਦੇ ਫੈਨਸ ਤਾਂ ਭੜਕੇ ਹੀ ਨੇ, ਨਾਲ ਨਾਲ ਬਿਗ ਬੌਸ ਦੇ ਦਰਸ਼ਕ ਵੀ ਭੜਕੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਾਰਸ ਨੇ ਰਿਐਕਟ ਕੀਤਾ ਹੈ ਉਹ ਬਹੁਤ ਹੀ ਗਲਤ ਹੈ, ਉਸਨੂੰ ਸ਼ਹਿਨਾਜ਼ ਨਾਲ ਇੱਦਾਂ ਰਿਐਕਟ ਨਹੀਂ ਕਰਨਾ ਚਾਹੀਦਾ ਸੀ। ਅਤੇ ਫੈਨਸ ਦਾ ਕਹਿਣਾ ਹੈ ਕਿ ਸਲਮਾਨ ਖਾਨ ਨੂੰ ਵੀਕਐਂਡ ਦੇ ਵਾਰ ਦੇ ਵਿੱਚ ਪਾਰਸ ਛਾਬੜਾ ਨੂੰ ਇਸ ਗੱਲ ਬਾਰੇ ਸਮਝਾਉਣਾ ਚਾਹੀਦਾ, ਉਸਦੀ ਕਲਾਸ ਲੈਣੀ ਚਾਹੀਦੀ ਹੈ। ਅਤੇ ਹੁਣ ਦੇਖਣਾ ਇਹ ਹੈ ਕਿ ਅੱਜ ਵੀਕਐਂਡ ਦੇ ਵਾਰ ਦੇ ਦੌਰਾਨ ਸਲਮਾਨ ਖਾਨ ਕਿਸ ਤਰ੍ਹਾਂ ਪਾਰਸ ਛਾਬੜਾ ਦੀ ਕਲਾਸ ਲੈਂਦੇ ਨੇ ਜਾਂ ਨਹੀਂ ਲੈਂਦੇ ਨੇ, ਇਹ ਦੇਖਣਾ ਬੇਹੱਦ ਹੀ ਇੰਟਰਸਟਿੰਗ ਹੋਣ ਵਾਲਾ ਹੈ। ਤੁਸੀਂ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।